ਹੈਲੋ ਸਟੂਡੈਂਟਸ, ਵੈਲਕਮ ਟੂ ਸਟੱਡੀ ਪੁਆਇੰਟ 44। ਹਾਂਜੀ, ਅੱਜ ਦੀ ਇਸ ਵੀਡੀਓ ਵਿੱਚ ਆਪਾਂ ਈਡੀਟੀ 994 ਭਰਤੀ ਰਿਗਾਰਡਿੰਗ ਪੇਪਰ ਏ ਪੰਜਾਬੀ ਦਾ ਟੈਸਟ ਕਵਰ ਕਰਾਂਗੇ। ਸੋ ਵੀਡੀਓ 'ਤੇ ਤੁਸੀਂ ਲਾਸਟ ਤੱਕ ਬਣੇ ਰਹਿਣਾ, ਐਂਡ ਜੇਕਰ ਤੁਸੀਂ ਆਪਣੇ ਇਸ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ 'ਤੇ ਜ਼ਰੂਰ ਪ੍ਰੈਸ ਕਰ ਲਵੋ ਤਾਂ ਜੋ ਅੱਗੇ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ। ਇਸ ਤੋਂ ਇਲਾਵਾ ਜਿਨ੍ਹਾਂ ਵਿਦਿਆਰਥੀਆਂ ਨੇ ਹਜੇ ਤੱਕ ਆਪਣੇ ਐਡਮਿਟ ਕਾਰਡ ਡਾਊਨਲੋਡ ਨਹੀਂ ਕੀਤੇ ਤਾਂ ਪਲੀਜ਼ ਐਡਮਿਟ ਕਾਰਡ ਤੁਸੀਂ ਡਾਊਨਲੋਡ ਕਰ ਲੈਣੇ ਨੇ। 28 ਜੁਲਾਈ ਨੂੰ ਜਿਹੜਾ ਤੁਹਾਡਾ ਜਿਹੜਾ ਪੇਪਰ ਹੈ ਉਹ ਕੰਡਕਟ ਕਰਵਾਇਆ ਜਾ ਰਿਹਾ। ਤਾਂ ਜਿਨ੍ਹਾਂ ਵਿਦਿਆਰਥੀਆਂ ਨੇ ਫੀਸ ਅਪਲਾਈ ਨਹੀਂ ਕੀਤੀ ਸੀ ਤਾਂ ਕੁਝ ਕੁ ਵਿਦਿਆਰਥੀਆਂ ਦੇ ਉਹਨਾਂ ਦੇ ਵੀ ਜਿਹੜੇ ਰੋਲ ਨੰਬਰ ਨੇ, ਠੀਕ ਹੈ, ਉਹ ਆਊਟ ਹੋਏ ਨੇ। ਤਾਂ ਤੁਸੀਂ ਚੈੱਕ ਕਰਕੇ ਇੱਕ ਵਾਰ ਜ਼ਰੂਰ ਦੇਖਣਾ ਆਪਣੇ ਐਡਮਿਟ ਕਾਰਡ, ਆਪਣੀ ਆਈਡੀ ਜਿਹੜੀ ਲੌਗਇਨ ਕਰਨੀ ਆ। ਜੇਕਰ ਤੁਸੀਂ ਫੀਸ ਨਹੀਂ ਵੀ ਅਪਲਾਈ ਕੀਤੀ ਵੀ ਤਾਂ ਆਪਣੇ ਐਡਮਿਟ ਕਾਰਡ ਨੇ ਜਿਹੜੇ ਤੁਸੀਂ ਚੈੱਕ ਕਰਕੇ ਜ਼ਰੂਰ ਦੇਖਿਓ, ਕਿਉਂਕਿ 1-2 ਬੱਚਿਆਂ ਦੇ ਐਡਮਿਟ ਕਾਰਡ ਜਿਹੜੇ ਨੇ ਉਹ ਡਾਊਨਲੋਡ ਹੋ ਗਏ ਸੀਗੇ, ਚਾਹੇ ਉਹਨਾਂ ਫੀਸ ਅਪਲਾਈ ਨਹੀਂ ਕੀਤੀ ਸੀ, ਫਿਰ ਵੀ ਉਹਨਾਂ ਦੇ ਜਿਹੜੇ ਰੋਲ ਨੰਬਰ ਸੀ ਉਹ ਜਿਹੜੇ ਆ ਡਾਊਨਲੋਡ ਹੋ ਗਏ ਸੀਗੇ। ਸੋ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਇਨਫੋਰਮੇਸ਼ਨ ਦੇਣਾ ਚਾਹੁੰਦਾ। ਆਪਾਂ ਟੋਟਲ 10 ਟੈਸਟ ਰੈਡੀ ਕੀਤੇ ਨੇ। ਹਰੇਕ ਟੈਸਟ ਦੇ ਵਿੱਚ ਤੁਹਾਨੂੰ 100 MCQs ਦੇਖਣ ਨੂੰ ਮਿਲਣਗੇ। ਤਾਂ ਪੇਪਰ ਬਹੁਤ ਨੇੜੇ ਆ ਚੁੱਕਿਆ ਹੈ, ਜੇਕਰ ਤੁਸੀਂ ਅੱਜ ਹੀ ਇਹਨਾਂ ਟੈਸਟਾਂ ਨੂੰ ਬਾਏ ਕਰ ਲੈਂਦੇ ਹੋ, ਠੀਕ ਹੈ, ਇਹਨਾਂ ਟੈਸਟਾਂ ਦੇ ਵਿੱਚ ਟੋਟਲ ਜਿਹੜਾ 1000 MCQs ਹੋਵੇਗਾ, ਠੀਕ ਹੈ, ਐਂਡ ਫੀਸ ਰੱਖੀ ਗਈ ਹੈ 300 ਰੁਪਏ। ਨੀਚੇ ਇੱਕ ਤੁਹਾਨੂੰ ਨੰਬਰ ਦਿਖਾਈ ਦੇ ਰਿਹਾ ਹੋਵੇਗਾ, ਇਸ ਨੰਬਰ ਤੇ ਕਾਲ ਕਰਨਾ ਜਾਂ ਵਟਸਐਪ ਰਾਹੀਂ ਤੁਸੀਂ ਮੈਨੂੰ ਮੈਸੇਜ ਕਰਨਾ ਤਾਂ ਸਾਰੀ ਜਿਹੜੀ ਜਾਣਕਾਰੀ ਹੈ ਉਹ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ। ਜੇਕਰ ਤੁਸੀਂ ਅੱਜ ਇਹ ਟੈਸਟ ਲਗਾ ਕੇ, ਠੀਕ ਹੈ, 1-2 ਦਿਨਾਂ ਦੇ ਵਿੱਚ ਜਿਹੜਾ ਤੁਸੀਂ ਲਗਾ ਲੈਂਦੇ ਹੋ ਤਾਂ ਮੈਂ ਗਰੰਟੀ ਦੇ ਸਕਦਾ ਜਿਹੜਾ ਤੁਹਾਡਾ ਪੇਪਰ ਇਹ ਹੈ ਪੰਜਾਬੀ ਵਾਲਾ ਉਹ ਆਸਾਨੀ ਦੇ ਨਾਲ ਕੁਆਲੀਫਾਈ ਹੋ ਜਾਵੇ, ਕਿਉਂਕਿ ਪੇਪਰ ਜਿਹੜਾ ਆਫਲਾਈਨ ਮੋਡ ਦੇ ਵਿੱਚ ਕੰਡਕਟ ਕਰਵਾਇਆ ਜਾ ਰਿਹਾ। ਸੋ ਟੈਸਟ ਲਗਾਉਣੇ ਬਹੁਤ ਜ਼ਰੂਰੀ ਹੁੰਦੇ ਨੇ, ਠੀਕ ਹੈ। ਜੇਕਰ ਤੁਸੀਂ ਵੱਧ ਤੋਂ ਵੱਧ ਟੈਸਟ ਲਗਾਉਂਦੇ ਹੋ ਤਾਂ ਕੌਨਫੀਡੈਂਸ ਲੈਵਲ ਤੁਹਾਡਾ ਬਹੁਤ ਵਧੀਆ ਹੋਵੇਗਾ, ਪੇਪਰ ਵਿੱਚ ਮਿਸਟੇਕ ਹੋਣ ਦੇ ਚਾਂਸ ਵੀ ਕਾਫੀ ਘੱਟ ਜਾਣਗੇ। ਤਾਂ ਇਹਨਾਂ ਟੈਸਟਾਂ ਨੂੰ ਭੁੱਲ ਕੇ ਵੀ ਨਾ ਛੱਡਿਓ, ਨੀਚੇ ਦਿੱਤੇ ਗਏ ਨੰਬਰ ਤੇ ਕਾਲ ਕਰਨਾ ਜਾਂ ਵਟਸਐਪ ਰਾਹੀਂ ਤੁਸੀਂ ਮੈਨੂੰ ਮੈਸੇਜ ਕਰਨਾ ਤਾਂ ਸਾਰੀ ਜਿਹੜੀ ਜਾਣਕਾਰੀ ਹੈ ਉਹ ਤੁਹਾਨੂੰ ਪ੍ਰੋਵਾਈਡ ਆਪਾਂ ਕਰਾ ਦੂੰਗੇ, ਠੀਕ ਹੈ। ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਠੀਕ ਹੈ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਤੁਸੀਂ ਜ਼ਰੂਰ ਕਰਨਾ ਹੈ। ਤਾਂ ਹੁਣ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਕੁਐਸਚਨ ਦਿੱਤਾ ਗਿਆ, 8 ਲਿਖਿਆਂ ਵਿੱਚੋਂ ਕਿੱਥੇ ਮਲਵਈ ਉਪ ਭਾਸ਼ਾ ਨਹੀਂ ਬੋਲੀ ਜਾਂਦੀ, ਠੀਕ ਹੈ। ਮੈਂ ਅੱਜ ਤੱਕ ਜਿੰਨੀਆਂ ਵੀ ਤੁਹਾਨੂੰ ਵੀਡੀਓਜ਼ ਪ੍ਰੋਵਾਈਡ ਕਰਾਈਆਂ ਨੇ, ਮੈਂ ਮੈਕਸੀਮਮ ਜਿਹੜਾ ਲੈਵਲ ਚੱਕਿਆ ਉਹ ਚੱਕਿਆ +2 ਤੱਕ ਦਾ, ਠੀਕ ਹੈ, +2 ਤੱਕ ਦਾ। ਤੁਹਾਨੂੰ ਕਰਾਉਣ ਤਾਂ ਆਪਾਂ ਬਹੁਤ ਡਿਫੀਕਲਟ ਵੀਡੀਓ ਵੀ ਕਰਾ ਸਕਦੇ ਸੀਗੇ, ਠੀਕ ਹੈ, ਜਾਂ ਡਿਫੀਕਲਟ ਡਾਟਾ ਵੀ ਕਰਾ ਸਕਦੇ ਸੀਗੇ, ਬਟ ਉੱਥੇ ਕੀ ਹੁੰਦਾ, ਉੱਥੇ ਬੱਚੇ ਕਨਫਿਊਜ਼ ਹੋ ਜਾਂਦੇ ਨੇ। ਜਦੋਂ ਸਿਲੇਬਸ ਵਿੱਚ ਉਹ ਆਉਣਾ ਹੀ ਨਹੀਂ ਤਾਂ ਆਪਾਂ ਨੂੰ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੋਵੇਗਾ। ਇਸ ਕਰਕੇ ਜਿੰਨਾ ਆਪਾਂ ਨੂੰ ਦੱਸਿਆ ਗਿਆ ਆਪਾਂ ਉਹਨਾਂ ਹੀ ਮੰਨ ਕੇ ਚੱਲਣਾ, ਠੀਕ ਹੈ। ਆਪਾਂ ਨੂੰ ਵੈਸੇ ਸਿਲੇਬਸ ਦੇ ਵਿੱਚ ਇੱਕ ਮੈਂਸ਼ਨ ਕੀਤਾ ਹੈ ਕਿ 10th ਲੈਵਲ ਤੱਕ ਦਾ ਜਿਹੜਾ ਸਿਲੇਬਸ ਹੈ ਉਹ ਤੁਹਾਡਾ ਆਵੇਗਾ ਪੇਪਰ ਦੇ ਵਿੱਚ, ਠੀਕ ਹੈ, ਇੱਥੋਂ ਤੱਕ ਕਿ +2 ਲੈਵਲ ਤੱਕ ਦਾ ਵੀ ਜਿਹੜਾ ਸਿਲੇਬਸ ਹੈ ਉਹ ਪੇਪਰ ਦੇ ਵਿੱਚ ਨਹੀਂ ਪੁੱਛਿਆ ਜਾਵੇਗਾ। ਤਾਂ ਆਪਾਂ ਵੀ ਉਸ ਨੂੰ ਹੀ ਟਾਰਗੇਟ ਰੱਖ ਕੇ ਜਿਹੜਾ ਤੁਹਾਨੂੰ ਹਰੇਕ ਜਿਹੜੀ ਆ ਚੀਜ਼ ਆਪਾਂ ਪ੍ਰੋਵਾਈਡ ਕਰਾ ਰਹੇ ਹਾਂ, ਠੀਕ ਹੈ। ਜਿੰਨਾ ਵੀ ਸਿਲੇਬਸ ਅਕੋਰਡਿੰਗ ਡਾਟਾ ਬਣਦਾ ਉਹ ਹੀ ਤੁਹਾਨੂੰ ਆਪਾਂ ਹਰੇਕ ਵੀਡੀਓਜ਼ ਵਿੱਚ ਪ੍ਰੋਵਾਈਡ ਕਰਾ ਰਹੇ ਹਾਂ। ਤਾਂ ਕਨਫਿਊਜ਼ ਹੋਣ ਦੀ ਕੋਈ ਜ਼ਰੂਰਤ ਨਹੀਂ ਹੈਗੀ, ਠੀਕ ਹੈ। ਜੇਕਰ ਤੁਸੀਂ ਆਪਣੀਆਂ ਵੀਡੀਓਜ਼ ਦੇਖਿਆ ਨੇ ਤਾਂ ਤੁਹਾਡਾ ਜਿਹੜਾ ਟੈਸਟ ਹੈ ਆਸਾਨੀ ਦੇ ਨਾਲ ਪਾਸ ਹੋ ਜਾਵੇਗਾ। ਬਾਕੀ ਟੈਸਟਾਂ ਨੂੰ ਤੁਸੀਂ ਭੁੱਲ ਕੇ ਵੀ ਨਾ ਛੱਡਿਓ, ਉਹ ਟੈਸਟਾਂ ਨੂੰ ਤੁਸੀਂ ਜ਼ਰੂਰ ਬਾਏ ਕਰਨਾ। ਤਾਂ ਇਹਦਾ ਜਿਹੜਾ ਸਹੀ ਆਂਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਸੀ, ਸ਼ਹੀਦ ਭਗਤ ਸਿੰਘ ਨਗਰ, ਠੀਕ ਹੈ। ਇੱਥੇ ਮਲਵਈ ਉਪਭਾਸ਼ਾ ਨਹੀਂ ਬੋਲੀ ਜਾਂਦੀ। ਬਾਕੀ ਜੇਕਰ ਆਪਾਂ ਲਾਗਿਆਂ ਦੀ ਗੱਲ ਕਰੀਏ, ਪਟਿਆਲਾ ਬੋਲੀ ਜਾਂਦੀ, ਬਰਨਾਲੇ ਵਿੱਚ ਬੋਲੀ ਜਾਂਦੀ, ਸਿਰਸੇ ਵਿੱਚ ਵੀ ਬੋਲੀ ਜਾਂਦੀ ਹੈ। ਤਾਂ ਮਲਵਈ ਉਪਭਾਸ਼ਾ ਜਿਹੜੀ ਹੈ ਲਗਭਗ ਪੰਜਾਬ ਦੇ 15 ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਹੈ, ਠੀਕ ਹੈ। ਇਸ ਤੋਂ ਇਲਾਵਾ ਜੇਕਰ ਆਪਾਂ ਸ਼ਹੀਦ ਭਗਤ ਸਿੰਘ ਨਗਰ ਯਾਨੀ ਕਿ ਨਵਾਂ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੇ ਦੁਆਬੀ ਜਿਹੜੀ ਉਪਭਾਸ਼ਾ ਹੈ ਉਹ ਬੋਲੀ ਜਾਂਦੀ ਹੈ। ਤਾਂ ਇੱਥੇ ਸੀ ਆਪਾਂ ਸਹੀ ਆਂਸਰ ਟਿਕ ਕਰਾਂਗੇ। ਨੈਕਸਟ ਕੁਐਸਚਨ ਹੈ, ਪਾਠ ਪੁਸਤਕਾਂ ਦੇ ਵਿੱਚੋਂ
ਕਿਹੜੀ ਭਾਸ਼ਾ ਦੀ ਵਰਤੋਂ ਹੁੰਦੀ ਹੈ? ਟਕਸਾਲੀ, ਮਾਝੀ, ਰਾਜ ਭਾਸ਼ਾ ਜਾਂ ਰਾਸ਼ਟਰੀ ਭਾਸ਼ਾ? ਹਾਂਜੀ, ਜਦੋਂ ਵੀ ਤੁਹਾਡੇ ਸਾਹਮਣੇ ਏਦਾਂ ਦਾ ਕੁਐਸਚਨ ਪੁੱਛਿਆ ਜਾਵੇ ਕਿ ਪਾਠ ਪੁਸਤਕਾਂ ਦੇ ਵਿੱਚ, ਰੇਡੀਓ ਵਿੱਚ, ਟੈਲੀਵਿਜ਼ਨ ਦੇ ਵਿੱਚ, ਠੀਕ ਹੈ, ਦਫ਼ਤਰਾਂ ਦੇ ਵਿੱਚ, ਸਮਾਚਾਰ ਪੱਤਰਾਂ ਦੇ ਵਿੱਚ, ਸਾਹਿਤ ਦੇ ਵਿੱਚ ਕਿਹੜੀ ਭਾਸ਼ਾ ਦੀ ਵਰਤੋਂ ਹੁੰਦੀ ਹੈ, ਤਾਂ ਹਮੇਸ਼ਾ ਹੀ ਤੁਹਾਡਾ ਇੱਕੋ ਹੀ ਸਹੀ ਆਂਸਰ ਰਹੇਗਾ, ਉਹ ਰਹੇਗਾ ਟਕਸਾਲੀ ਭਾਸ਼ਾ। ਇਹ ਇੱਥੇ ਆਪਾਂ ਸਹੀ ਆਂਸਰ ਟਿੱਕ ਕਰਾਂਗੇ, ਆਪਸ਼ਨ ਨੰਬਰ ਏ, ਟਕਸਾਲੀ ਭਾਸ਼ਾ। ਠੀਕ ਹੈ, ਟਕਸਾਲੀ ਜਿਹੜੀ ਭਾਸ਼ਾ ਹੈਗੀ ਹੈ, ਤਾਂ ਇਸਦਾ ਆਧਾਰ ਕਿਸ ਨੂੰ ਮੰਨਿਆ ਗਿਆ? ਉਹ ਮੰਨਿਆ ਗਿਆ ਮਾਝੀ ਉਪ ਭਾਸ਼ਾ ਨੂੰ। ਤਾਂ ਇੱਥੇ ਇਹ ਆਪਾਂ ਸਹੀ ਆਂਸਰ ਟਿੱਕ ਕਰਾਂਗੇ, ਆਪਸ਼ਨ ਨੰਬਰ ਏ। ਨੈਕਸਟ, ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਕੰਠੀ ਵਿਅੰਜਨ ਨਹੀਂ ਹੈ? ਹਾਂਜੀ, ਜਦੋਂ ਵੀ ਤੁਹਾਡੇ ਸਾਹਮਣੇ ਏਦਾਂ ਦਾ ਕੁਐਸਚਨ ਆਉਂਦਾ ਹੈ ਤਾਂ ਵਿਅੰਜਨਾਂ ਨੂੰ ਬੋਲ ਕੇ ਦੇਖ ਲਿਆ ਕਰੋ। ਤਾਂ ਇੱਥੇ ਜਿਹੜਾ ਆਪਣੇ ਕੋਲ ਸਹੀ ਆਂਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਏ, ਸੱਸੇ ਪੈਰ ਬਿੰਦੀ। ਠੀਕ ਹੈ, ਸੱਸੇ ਪੈਰ ਬਿੰਦੀ ਜਿਹੜਾ ਹੈ ਇਹ ਇੱਕ ਕੰਠੀ ਵਿਅੰਜਨ ਨਹੀਂ ਹੈ। ਤਾਂ ਇੱਥੇ ਇਹ ਆਪਾਂ ਸਹੀ ਆਂਸਰ ਟਿੱਕ ਕਰਾਂਗੇ, ਆਪਸ਼ਨ ਨੰਬਰ ਏ। ਕੰਠੀ ਵਿਅੰਜਨ ਇੱਥੇ ਤੁਸੀਂ ਦੇਖ ਸਕਦੇ ਹੋ, ਨੀਚੇ ਆਪਣੇ ਕੋਲ ਸਾਰੇ ਕੰਠੀ ਜਿਹੜੇ ਵਿਅੰਜਨ ਨੇ ਉਹ ਮੈਨਸ਼ਨ ਕੀਤੇ ਹੋਏ ਨੇ। ਹਾਂਜੀ, ਵੀਡੀਓ ਵਧੀਆ ਲੱਗ ਰਹੀ ਤਾਂ ਪਲੀਜ਼ ਲਾਈਕ ਕਰ ਦਿਓ, ਹਜੇ ਤੱਕ ਤੁਸੀਂ ਜੇਕਰ ਲਾਈਕ ਨਹੀਂ ਕੀਤਾ ਤਾਂ। ਪੰਜਾਬੀ ਭਾਸ਼ਾ ਦੇ ਵਿੱਚ ਵੱਧ ਸਾਹ ਲੱਗਣ ਵਾਲੀਆਂ ਸਵਰ ਧੁਨੀਆਂ ਦੀ ਗਿਣਤੀ ਕਿੰਨੀ ਆ? 3, 4, 5 ਜਾਂ 7? ਤਾਂ ਪੰਜਾਬੀ ਭਾਸ਼ਾ ਦੇ ਵਿੱਚ ਵੱਧ ਸਾਹ ਲੱਗਣ ਵਾਲੀਆਂ ਧੁਨੀਆਂ ਦੀ ਜਿਹੜੀ ਗਿਣਤੀ ਹੈ ਉਹਨਾਂ ਦੀ ਗਿਣਤੀ ਹੈਗੀ ਹੈ 7। ਠੀਕ ਹੈ, ਜੇਕਰ ਤੁਹਾਡੇ ਕੋਲ ਇਹ ਕੁਐਸਚਨ ਪੁੱਛ ਲਿਆ ਜਾਵੇ, ਠੀਕ ਹੈ, ਲਘੂ ਸਵਰ ਜਾਂ ਘੱਟ ਸਾਹ ਲੱਗਣ ਵਾਲੀਆਂ ਧੁਨੀਆਂ ਦੀ ਗਿਣਤੀ ਕਿੰਨੀ ਹੈ? ਤਾਂ ਉਹਨਾਂ ਦੀ ਗਿਣਤੀ ਹੈਗੀ ਹੈ 3। ਠੀਕ ਹੈ, 3 + 7 ਟੋਟਲ ਧੁਨੀਆਂ ਦੀ ਗਿਣਤੀ ਕਿੰਨੀ ਹੈਗੀ ਹੈ? 10। ਠੀਕ ਹੈ, ਸਵਰ ਧੁਨੀਆਂ ਦੀ ਗਿਣਤੀ ਕਿੰਨੀ ਹੈਗੀ ਹੈ? ਟੋਟਲ 10। ਜੇਕਰ ਸਵਰ ਵਾਕ ਪੁੱਛ ਲਏ ਜਾਣ ਤਾਂ ਸਵਰ ਵਾਕ ਹੈਗੇ ਨੇ 3, ਊੜਾ, ਆੜਾ ਤੇ ਈੜੀ। ਇਹ ਆਪਣੇ ਕੋਲ 3 ਸਵਰ ਵਾਕ ਨੇ। ਇੱਥੇ ਆਪਾਂ ਡੀ ਸਹੀ ਆਂਸਰ ਟਿੱਕ ਕਰਾਂਗੇ, ਆਪਸ਼ਨ ਨੰਬਰ ਡੀ। 5 ਨੰਬਰ ਕੁਐਸਚਨ ਹੈਗਾ, ਯਈਆ ਧੁਨੀ ਦਾ ਉਚਾਰਨ ਸਥਾਨ ਕਿਹੜਾ ਹੈ? ਤੰਤੀ, ਤਾਲਵੀ, ਕੰਠੀ ਜਾਂ ਦੋਹੁੰਗੀ? ਹਾਂਜੀ, ਇੱਥੇ ਆਪਣਾ ਜਿਹੜਾ ਸਹੀ ਆਂਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਬੀ, ਤਾਲਵੀ। ਠੀਕ ਹੈ, ਜਈਆ ਧੁਨੀ ਦਾ ਉਚਾਰਨ ਸਥਾਨ ਕਿਹੜਾ ਹੈ? ਤਾਲਵੀ। ਤਾਂ ਬੀ ਇੱਥੇ ਆਪਾਂ ਸਹੀ ਆਂਸਰ ਟਿੱਕ ਕਰਾਂਗੇ। ਨੈਕਸਟ ਕੁਐਸਚਨ ਹੈਗਾ, ਨਿਹੰਗਾਂ ਦੁਆਰਾ ਕਿਹੜੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ? ਟਕਸਾਲੀ ਭਾਸ਼ਾ, ਰਾਜ ਭਾਸ਼ਾ, ਮਿਆਰੀ ਭਾਸ਼ਾ ਜਾਂ ਗੁਪਤ ਭਾਸ਼ਾ? ਹਾਂਜੀ, ਇੱਥੇ ਆਪਣਾ ਜਿਹੜਾ ਸਹੀ ਆਂਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਡੀ। ਠੀਕ ਹੈ, ਆਪਸ਼ਨ ਨੰਬਰ ਡੀ, ਗੁਪਤ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਨਿਹੰਗਾਂ ਦੁਆਰਾ। ਤਾਂ ਇੱਥੇ ਆਪਾਂ ਡੀ ਸਹੀ ਆਂਸਰ ਟਿੱਕ ਕਰਾਂਗੇ, ਆਪਸ਼ਨ ਨੰਬਰ ਡੀ। ਤਾਂ ਜਿਹੜੀ ਏਦਾਂ ਦੀ ਭਾਸ਼ਾ, ਤਾਂ ਇਸ ਨੂੰ ਵਿਅਕਤੀਗਤ ਵਣਗੀ ਦੇ ਵਿੱਚ ਰੱਖਿਆ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਫੌਜ ਦੇ ਵਿੱਚ ਵੀ ਜਿਹੜੀ ਹੈ ਗੁਪਤ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਇਹ ਵੀ ਜਿਹੜਾ ਕੁਐਸਚਨ ਦਾ ਆਂਸਰ ਹੈ ਤੁਸੀਂ ਜਾਣ ਵਿੱਚ ਜ਼ਰੂਰ ਰੱਖਿਓ। 7 ਨੰਬਰ ਕੁਐਸਚਨ ਹੈਗਾ, ਬਿਹਾਰੀ ਦੀ ਵਰਤੋਂ ਕਿਹੜੇ ਅੱਖਰ ਨੂੰ ਛੱਡ ਕੇ ਬਾਕੀ ਸਾਰੇ ਅੱਖਰਾਂ ਨਾਲ ਕੀਤੀ ਜਾ ਸਕਦੀ ਹੈ? ਠੀਕ ਹੈ, ਤੇ ਇੱਥੇ ਅੱਖਰ ਆਵੇਗਾ ਆਪਣੇ ਕੋਲ ਆਪਸ਼ਨ, ਪਹਿਲਾਂ ਇੱਥੇ ਧਿਆਨ ਦੇ ਨਾਲ ਦੇਖੋ। ਤਾਂ ਸਹੀ ਆਂਸਰ ਬਣੇਗਾ ਆਪਣੇ ਕੋਲ ਆਪਸ਼ਨ ਨੰਬਰ ਏ, ਊੜਾ ਅਤੇ ਆੜਾ ਜਿਹੜਾ ਅੱਖਰ ਹੈਗਾ, ਇੱਥੇ ਅੱਖਰ ਆਵੇਗਾ, ਸਾਰੇ ਅੱਖਰਾਂ ਨਾਲ ਕੀਤੀ ਜਾ ਸਕਦੀ ਹੈ। ਤੁਸੀਂ ਇਹ ਪੜ੍ਹਨਾ ਕੁਐਸਚਨ ਨੂੰ, ਊੜਾ ਅਤੇ ਆੜਾ ਨੂੰ ਛੱਡ ਕੇ ਬਾਕੀ ਸਾਰੇ ਅੱਖਰਾਂ ਦੇ ਨਾਲ ਜਿਹੜੀ ਹੈ ਬਿਹਾਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤਾਂ ਇੱਥੇ ਇਹ ਆਪਾਂ ਸਹੀ ਆਂਸਰ ਟਿੱਕ ਕਰਾਂਗੇ, ਆਪਸ਼ਨ ਨੰਬਰ ਏ। ਪੰਜਾਬੀ ਭਾਸ਼ਾ ਦੇ ਵਿੱਚ ਅਰਬੀ ਫਾਰਸੀ ਦੇ ਕਿੰਨੇ ਅੱਖਰ ਹਨ? 4, 5, 6 ਜਾਂ 7? ਹਾਂਜੀ, ਪੰਜਾਬੀ ਭਾਸ਼ਾ ਦੇ ਵਿੱਚ ਅਰਬੀ ਫਾਰਸੀ ਦੇ ਕੁੱਲ 5 ਅੱਖਰ ਨੇ। ਤਾਂ ਬੀ ਇੱਥੇ ਆਪਾਂ ਸਹੀ ਆਂਸਰ ਟਿੱਕ ਕਰਾਂਗੇ, ਆਪਸ਼ਨ ਨੰਬਰ ਬੀ, 5 ਅੱਖਰ ਹੈਗੇ ਨੇ।
ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਲੱਲੇ ਪੈਰ ਬਿੰਦੀ ਜਿਹੜੀ ਧੁਨੀ ਹੈਗੀ ਹੈ ਜਿਹਦੀ ਖੋਜ ਆਪਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ ਹੈ, ਤਾਂ ਇਸ ਧੁਨੀ ਨੂੰ ਜਿਹੜਾ ਅਰਬੀ ਫਾਰਸੀ ਦੁਨੀਆਂ ਦੇ ਵਿੱਚ ਨਹੀਂ ਰੱਖਿਆ ਜਾਂਦਾ, ਬਟ ਇਸ ਧੁਨੀ ਨੂੰ ਨਵੀਨ ਵਰਗ ਦੇ ਵਿੱਚ ਜ਼ਰੂਰ ਰੱਖਿਆ ਜਾਂਦਾ। ਜੇਕਰ ਤੁਹਾਡੇ ਕੋਲ ਇਹ ਕੁਸ਼ਚਨ ਪੁੱਛਿਆ ਜਾਵੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਨਵੀਨ ਵਰਗ ਦੇ ਵਿੱਚ ਕਿੰਨੀਆਂ ਧੁਨੀਆਂ ਆਉਂਦੀਆਂ, ਤਾਂ ਫਿਰ ਤੁਹਾਡਾ ਸਹੀ ਆਂਸਰ ਬਣੇਗਾ 6 ਧੁਨੀਆਂ ਇਹਦੇ ਵਿੱਚ ਆਉਂਦੀਆਂ। 9 ਨੰਬਰ ਕੁਸ਼ਚਨ ਹੈਗਾ, ਟੱਕੀ ਰਿਜਣਾ ਮੁਹਾਵਰੇ ਦਾ ਸਹੀ ਅਰਥ ਕੀ ਹੈ? ਫਸਟ ਆਪਸ਼ਨ ਮੈਂਸ਼ਨ ਕੀਤੀ ਹੋਈ ਹੈ, ਬੁਰੀ ਗੱਲ ਦਾ ਭੇਦ ਪ੍ਰਗਟ ਨਾ ਹੋਣਾ, ਕਿਸੇ ਦੀ ਗੱਲ ਵਿੱਚ ਜਲਦੀ ਆ ਜਾਣਾ, ਭਟਕਦੇ ਰਹਿਣਾ, ਦੁਖੀ ਨੂੰ ਹੋਰ ਦੁਖੀ ਕਰਨਾ। ਤਾਂ ਸਹੀ ਆਂਸਰ ਬਣੇਗਾ ਆਪਣੇ ਕੋਲ ਆਪਸ਼ਨ ਨੰਬਰ ਏ, ਬੁਰੀ ਗੱਲ ਦਾ ਭੇਦ ਪ੍ਰਗਟ ਹੋਣਾ। ਟੱਕੀ ਰਿਜਣਾ ਮੁਹਾਵਰੇ ਦਾ ਸਹੀ ਅਰਥ ਹੁੰਦਾ ਹੈ ਬੁਰੀ ਗੱਲ ਦਾ ਭੇਦ ਪ੍ਰਗਟ ਨਾ ਹੋਣਾ, ਤਾਂ ਇਹ ਇੱਥੇ ਆਪਾਂ ਸਹੀ ਆਂਸਰ ਟਿੱਕ ਕਰਾਂਗੇ। 10 ਨੰਬਰ ਕੁਸ਼ਚਨ ਹੈਗਾ, ਅਖਾਉਤ ਸੰਬੰਧੀ ਕਿਹੜਾ ਕਥਨ ਗਲਤ ਹੈ? ਠੀਕ ਹੈ, ਆਪਸ਼ਨਾਂ ਨੂੰ ਇੱਥੇ ਧਿਆਨ ਨਾਲ ਦੇਖੋ, ਕਿਸੇ ਕਥਨ ਦੀ ਪੁਸ਼ਟੀ ਵਜੋਂ ਕਿਹਾ ਜਾਂਦਾ ਹੈ ਇਹਦੇ ਵਿੱਚ ਇੱਕ ਅਟਲ ਸੱਚਾਈ ਹੁੰਦੀ ਹੈ। ਠੀਕ ਹੈ, ਨਾ ਨੀ ਨਾ ਨੀ ਦੀ ਵਰਤੋਂ ਅੰਤ ਵਿੱਚ ਹੋਣਾ ਜਾਂ ਭਾਵ ਦਾ ਪੂਰਨ ਪ੍ਰਗਟਾ ਕਰਨਾ, ਤਾਂ ਤੁਹਾਨੂੰ ਪਤਾ ਹੋਵੇਗਾ ਨਾ ਨੀ ਨਾ ਅਤੇ ਇਹਨਾਂ ਦੀ ਜਿਹੜੀ ਵਰਤੋਂ ਹੈ ਇਹ ਕੀਤੀ ਜਾਂਦੀ ਹੈ ਮੁਹਾਵਰੇ ਦੇ ਵਿੱਚ, ਨਾ ਕਿ ਅਥਾਉਤ ਵਿੱਚ ਕੀਤੀ ਜਾਂਦੀ ਹੈ। ਤਾਂ ਇੱਥੇ ਆਪਾਂ ਸਹੀ ਆਂਸਰ ਟਿੱਕ ਕਰਾਂਗੇ, ਬਾਕੀ ਸਾਰੇ ਹੀ ਜਿਹੜੇ ਕਥਨ ਨੇ ਉਹ ਅਖਾਉਤ ਸੰਬੰਧੀ ਸਹੀ ਨੇ ਸੀ ਨੂੰ ਛੱਡ ਕੇ, ਤਾਂ ਸੀ ਇੱਥੇ ਆਪਾਂ ਸਹੀ ਆਂਸਰ ਟਿੱਕ ਕਰਾਂਗੇ। 11 ਨੰਬਰ ਕੁਸ਼ਚਨ ਹੈਗਾ, ਤਰਨ ਤਾਰਨ ਨਾਂ ਦਾ ਸਰੋਵਰ ਕਿਸ ਨੇ ਖੁਦਵਾਇਆ ਸੀਗਾ? ਗੁਰੂ ਅਰਜਨ ਦੇਵ ਜੀ, ਗੁਰੂ ਰਾਮਦਾਸ ਜੀ, ਗੁਰੂ ਹਰਗੋਬਿੰਦ ਜੀ ਜਾਂ ਗੁਰੂ ਅਮਰਦਾਸ ਜੀ? ਤਾਂ ਤਰਨ ਤਾਰਨ ਨਾਮ ਦਾ ਜਿਹੜਾ ਸਰੋਵਰ ਹੈ ਇਹ ਖੁਦਵਾਇਆ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ, ਇਹ ਇੱਥੇ ਆਪਾਂ ਸਹੀ ਆਂਸਰ ਟਿੱਕ ਕਰਾਂਗੇ ਆਪਸ਼ਨ ਨੰਬਰ ਏ, ਸ਼੍ਰੀ ਗੁਰੂ ਅਰਜਨ ਦੇਵ ਜੀ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਕਰਤਾਰਪੁਰ ਜਿਹੜਾ ਆਪਣੇ ਪੰਜਾਬ ਦੇ ਵਿੱਚ ਹੈ, ਇਸ ਸ਼ਹਿਰ ਦੀ ਸਥਾਪਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀਗੀ। ਹਰਗੋਬਿੰਦਪੁਰ ਸ਼ਹਿਰ ਦੀ ਸਥਾਪਨਾ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ, ਐਂਡ ਤਰਨ ਤਾਰਨ ਸਾਹਿਬ ਦੀ ਜਿਹੜੀ ਸਥਾਪਨਾ ਉਹ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ। ਤਾਂ ਇੱਥੇ ਇਹ ਆਪਾਂ ਸਹੀ ਆਂਸਰ ਟਿੱਕ ਕਰਾਂਗੇ ਆਪਸ਼ਨ ਨੰਬਰ ਏ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹਰਗੋਬਿੰਦਪੁਰ ਸ਼ਹਿਰ ਦੀ ਨੀਂਹ ਕਿਹੜੇ ਦਰਿਆ ਦੇ ਕੰਢੇ ਰੱਖੀ ਸੀਗੀ? ਠੀਕ ਹੈ, ਇੱਕ ਮੈਨੂੰ ਤੁਸੀਂ ਕੁਸ਼ਚਨ ਦਾ ਆਂਸਰ ਦੱਸਿਓ ਕਮੈਂਟ ਬਾਕਸ ਵਿੱਚ, ਹਰਗੋਬਿੰਦਪੁਰ ਸ਼ਹਿਰ ਦੀ ਨੀਂਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਦੋਂ ਰੱਖੀ ਸੀ? ਇਹਦਾ ਆਂਸਰ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਰਾਵੀ ਦਰਿਆ ਦੇ ਕੰਢੇ ਤੇ ਸਥਿਤ ਹੈ ਬਿਆਸ, ਸਤਲੁਜ ਜਾਂ ਚਨਾਬ? ਹਾਂਜੀ, ਇਹਦਾ ਕਰੈਕਟ ਆਂਸਰ ਬਣੇਗਾ ਆਪਸ਼ਨ ਨੰਬਰ ਬੀ, ਬਿਆਸ। ਠੀਕ ਹੈ, ਬਿਆਸ ਦਰਿਆ ਦੇ ਕੰਢੇ ਤੇ ਸਥਿਤ ਹੈ ਹਰਗੋਬਿੰਦਪੁਰ ਸ਼ਹਿਰ। ਨੈਕਸਟ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ ਹੈ? ਵੀਹ, 18, 22 ਜਾਂ 19? ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਅਲੱਗ ਅਲੱਗ ਬਾਣੀਆਂ ਹਨ, ਜਿਵੇਂ ਕਿ ਜਪਜੀ ਸਾਹਿਬ ਹੋ ਗਈ ਰਚਨਾ, ਠੀਕ ਹੈ, ਇਸ ਤੋਂ ਇਲਾਵਾ ਦੱਖਣੀ ਅੰਕਾਰ ਹੋ ਗਈ, ਪੱਟੀ ਹੋ ਗਈ, ਠੀਕ ਹੈ, ਵਾਰ ਮਲਹਾਰ ਹੋ ਗਈ, ਵਾਰ ਮਾਝ, ਇਹ ਸਾਰੀਆਂ ਜਿਹੜੀਆਂ ਰਚਨਾਵਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਹਨ। ਤਾਂ ਇੱਥੇ ਇਹ ਕੁਸ਼ਚਨ ਪੁੱਛਿਆ ਗਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ ਹੈ, ਜਾਂ ਕਿੰਨੇ ਰਾਗਾਂ ਦੇ ਵਿੱਚ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਰਚੀ ਹੈ? ਤਾਂ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਡੀ, 19 ਰਾਗਾਂ ਦੇ ਵਿੱਚ ਬਾਣੀ ਰਚੀ ਹੈ। ਈ ਇੱਥੇ ਆਪਾਂ ਸਹੀ ਆਂਸਰ ਟਿੱਕ ਕਰਾਂਗੇ ਆਪਸ਼ਨ ਨੰਬਰ ਡੀ, 19 ਰਾਗਾਂ ਦੇ ਵਿੱਚ ਬਾਣੀ ਰਚੀ ਹੈ। ਇਸ ਤੋਂ ਇਲਾਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 974 ਜਿਹੜੇ ਸ਼ਬਦ ਨੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਨੇ, ਇਹ ਵੀ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਹੈ। ਨੈਕਸਟ, 14 ਨੰਬਰ ਕੁਸ਼ਚਨ, ਧਰਤੀ ਹੇਠਾਂ ਬਲਦ ਕਹਾਣੀ ਕਿਹੜੇ ਕਹਾਣੀ ਸੰਗ੍ਰਹਿ ਵਿੱਚੋਂ ਲਈ ਗਈ ਹੈ? ਸ਼ਾਹ ਵਿਲਾ, ਧਰਤੀ ਤੇ ਆਕਾਸ਼, ਦੁੱਧ ਦਾ ਛੱਪੜ ਜਾਂ ਨਵੇਂ ਲੋਕ? ਹਾਂਜੀ, ਧਰਤੀ ਹੇਠਲਾ ਬਲਦ ਕਹਾਣੀ ਜਿਹੜੀ ਹੈ
ਇਹ ਲਈ ਕੀ ਹੈ ਦੁੱਧ ਦਾ ਛੱਪੜ ਕਹਾਣੀ ਸੰਗ੍ਰਹਿ ਵਿੱਚੋਂ ਸੀ ਇੱਥੇ ਆਪਾਂ ਸਹੀ ਆਂਸਰ ਟਿਕ ਕਰਾਂਗੇ ਆਪਸ਼ਨ ਨੰਬਰ ਸੀ ਦੁੱਧ ਦਾ ਛੱਪੜ। 15 ਨੰਬਰ ਕੁਸ਼ਚਨ ਡਾਕਟਰ ਨਰਿੰਦਰ ਸਿੰਘ ਕਪੂਰ ਦਾ ਜਨਮ ਕਿੱਥੇ ਹੋਇਆ ਸੀਗਾ ਹੁਸ਼ਿਆਰਪੁਰ ਰਾਵਲਪਿੰਡੀ ਸ਼ੇਖੂਪੁਰਾ ਜਾਂ ਲੁਧਿਆਣਾ। ਹਾਂਜੀ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਬੀ ਰਾਵਲਪਿੰਡੀ। ਠੀਕ ਹੈ ਰਾਵਲਪਿੰਡੀ ਵਿਖੇ ਡਾਕਟਰ ਨਰਿੰਦਰ ਸਿੰਘ ਕਪੂਰ ਦਾ ਜਨਮ ਹੁੰਦਾ ਹੈ ਤਾਂ ਬੀ ਇੱਥੇ ਆਪਾਂ ਸਹੀ ਆਂਸਰ ਟਿਕ ਕਰਾਂਗੇ ਆਪਸ਼ਨ ਨੰਬਰ ਬੀ। ਹਾਂਜੀ ਦੋਨੋਂ ਪੇਪਰ ਦੇ ਵਿੱਚ ਹੀ ਏਦਾਂ ਦੇ ਕੁਸ਼ਚਨ ਹੀ ਦੇਖਣ ਨੂੰ ਮਿਲਣਗੇ ਟੈਂਥ ਲੈਵਲ ਸਿਲੇਬਸ ਤੱਕ ਜਿਹੜੇ ਕੁਸ਼ਚਨ ਨੇ ਉਹ ਹੀ ਤੁਹਾਨੂੰ ਪੇਪਰ ਵਿੱਚ ਦੇਖਣ ਨੂੰ ਮਿਲਣਗੇ। ਜੇਕਰ ਤੁਸੀਂ ਬੁੱਕਸ ਪੜ੍ਹ ਲੈਂਦੇ ਹੋ ਟੈਂਥ ਲੈਵਲ ਤੱਕ ਦੀਆਂ ਵਿਆਕਰਨ ਦੀਆਂ ਪੰਜਾਬੀ ਸਾਹਿਤ ਦੀਆਂ ਜਿੰਨੀਆਂ ਵੀ ਬੁੱਕਸ ਬਣਦੀਆਂ ਠੀਕ ਹੈ ਜਿਹਨਾਂ ਵਿੱਚ ਕਹਾਣੀਕਾਰ ਦਿੱਤੇ ਹੋਏ ਨੇ ਵਾਰਤਕ ਭਾਗ ਦਿੱਤਾ ਹੈ ਜਾਂ ਕੋਈ ਵੀ ਕਵੀ ਦਿੱਤਾ ਹੈ ਠੀਕ ਹੈ ਉਹਨਾਂ ਨੂੰ ਜੇਕਰ ਤੁਸੀਂ ਰੀਡ ਕਰ ਲੈਂਦੇ ਹੋ ਤਾਂ ਇੱਕ ਵੀ ਕੁਸ਼ਚਨ ਜਿਹੜਾ ਬਾਹਰ ਨਹੀਂ ਜਾਵੇਗਾ ਤਾਂ ਇਹ ਗੱਲ ਨੂੰ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਣਾ ਹੈ। ਠੀਕ ਹੈ ਇੱਥੇ ਬੀ ਆਪਾਂ ਸਹੀ ਆਂਸਰ ਟਿਕ ਕਰਾਂਗੇ। 16 ਨੰਬਰ ਕੁਸ਼ਚਨ ਹੈਗਾ ਵਗਦੀ ਏ ਰਾਵੀ ਰਚਨਾ ਕਿਸ ਦੀ ਹੈ ਬਰਿਆਮ ਸਿੰਘ ਸੰਧੂ ਕੁਲਵੰਤ ਸਿੰਘ ਵਿਰਕ ਸੁਜਾਨ ਸਿੰਘ ਜਾਂ ਪ੍ਰਿੰਸੀਪਲ ਤੇਜਾ ਸਿੰਘ। ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਏ ਬਰਿਆਮ ਸਿੰਘ ਸੰਧੂ। ਵਗਦੀ ਏ ਰਾਵੀ ਇਹ ਜਿਹੜੀ ਰਚਨਾ ਹੈਗੀ ਹੈ ਇਹ ਹੈਗੀ ਹੈ ਬਰਿਆਮ ਸਿੰਘ ਸੰਧੂ ਦੀ। 17 ਨੰਬਰ ਕੁਸ਼ਚਨ ਕੁਸਮ ਸ਼ਬਦ ਦਾ ਸਮਾਨਾਰਥਕ ਸ਼ਬਦ ਆਪਾਂ ਪਤਾ ਕਰਨਾ ਹੈ ਠੀਕ ਹੈ ਨੈਣ ਸੁਮਨ ਯੋਗ ਜਾਂ ਸਮੀਰ। ਹਾਂਜੀ ਕਿਤਾਬਾਂ ਦੇ ਵਿੱਚ ਜਿੰਨੇ ਵੀ ਸਮਾਨਾਰਥਕ ਸ਼ਬਦ ਦਿੱਤੇ ਹੋਏ ਨੇ ਘੱਟੋ ਘੱਟ 3 ਤੋਂ 4 ਵਾਰ ਉਹਨਾਂ ਨੂੰ ਰੀਡ ਕਰੋ ਫਿਰ ਹੀ ਤੁਸੀਂ ਉਹਨਾਂ ਨੂੰ ਜਿਹੜਾ ਯਾਦ ਰੱਖ ਸਕਦੇ ਹੋ ਠੀਕ ਹੈ ਜਾਂ ਜਦੋਂ ਵੀ ਤੁਹਾਡੇ ਸਾਹਮਣੇ ਆਪਸ਼ਨ ਆਵੇਗੀ ਤਾਂ ਉੱਥੇ ਤੁਸੀਂ ਆਸਾਨੀ ਨਾਲ ਆਂਸਰ ਫਾਈਂਡ ਕਰ ਸਕਦੇ ਹੋ। ਤਾਂ ਕੁਸਮ ਸ਼ਬਦ ਦਾ ਜਿਹੜਾ ਸਮਾਨਾਰਥਕ ਸ਼ਬਦ ਹੈ ਉਹ ਹੋਵੇਗਾ ਸੁਮਨ। ਵੀ ਇੱਥੇ ਆਪਾਂ ਸਹੀ ਆਂਸਰ ਟਿਕ ਕਰਾਂਗੇ ਆਪਸ਼ਨ ਨੰਬਰ ਬੀ ਸੁਮਨ ਠੀਕ ਹੈ। ਕੁਸਮ ਜਿਹੜਾ ਸ਼ਬਦ ਹੈ ਇਹਦੇ ਸਮਾਨਾਰਥਕ ਸ਼ਬਦ ਆਪਾਂ ਦੇਖ ਲੈਂਦੇ ਹਾਂ ਫੁੱਲ ਸੁਮਨ ਕੁਸ਼ਬ ਤੇ ਕੁਸਮ ਠੀਕ ਹੈ ਇਹ ਆਪਣੇ ਕੋਲ ਸਾਰੇ ਸਮਾਨਾਰਥਕ ਸ਼ਬਦ ਨੇ ਤਾਂ ਬੀ ਇੱਥੇ ਆਪਾਂ ਸਹੀ ਆਂਸਰ ਟਿਕ ਕਰਾਂਗੇ ਆਪਸ਼ਨ ਨੰਬਰ ਬੀ। 18 ਨੰਬਰ ਕੁਸ਼ਚਨ ਸਮੀਰ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਉੱਜਲ ਪਾਉਣ ਅਲਪ ਜਾਂ ਤਕਾਲਾ। ਹਾਂਜੀ ਸਮੀਰ ਸ਼ਬਦ ਦਾ ਜਿਹੜਾ ਸਮਾਨਾਰਥਕ ਸ਼ਬਦ ਹੈ ਉਹ ਹੈਗਾ ਪਾਉਣ। ਬੀ ਇੱਥੇ ਆਪਾਂ ਸਹੀ ਆਂਸਰ ਟਿਕ ਕਰਾਂਗੇ ਆਪਸ਼ਨ ਨੰਬਰ ਬੀ। ਉੱਜਲ ਦਾ ਤੁਹਾਨੂੰ ਪਤਾ ਹੈ ਉੱਜਲ ਦਾ ਮੀਨਿੰਗ ਹੁੰਦਾ ਹੈ ਰੋਸ਼ਨੀ ਠੀਕ ਹੈ ਇਸ ਤਰ੍ਹਾਂ ਬਾਅਦ ਜੇਕਰ ਆਪਾਂ ਗੱਲ ਕਰੀਏ ਰੋਸ਼ਨੀ ਹੋ ਗਿਆ ਚਾਨਣ ਹੋ ਗਿਆ ਤਾਂ ਇਹ ਆਪਣੇ ਕੋਲ ਸਾਰੇ ਜਿਹੜੇ ਨੇ ਉੱਜਲ ਦੇ ਸਮਾਨਾਰਥਕ ਸ਼ਬਦ ਨੇ ਬਾਕੀ ਤੁਸੀਂ ਰੀਡ ਤੁਸੀਂ ਜ਼ਰੂਰ ਕਰਨਾ ਹੈ ਤਾਂ ਇੱਥੇ ਬੀ ਆਪਾਂ ਸਹੀ ਆਂਸਰ ਟਿਕ ਕਰਾਂਗੇ ਪਾਉਣ। ਪਾਉਣ ਦੇ ਹੋਰ ਸਮਾਨਾਰਥਕ ਸ਼ਬਦ ਹਵਾ ਸਮੀਰ ਤੇ ਵਾਯੂ। ਨੈਕਸਟ ਟੋਕੜ ਸ਼ਬਦ ਦਾ ਉਲਟ ਪਾਵੀ ਅਰਥਾਂ ਆਪਾਂ ਸ਼ਬਦ ਪਤਾ ਕਰਨਾ ਹੈ ਸੱਜਰ ਹਰਵਰਿਆਈ ਖਾਂਗੜ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਹਾਂਜੀ ਕਰੈਕਟ ਆਂਸਰ ਬਣੇਗਾ ਆਪਸ਼ਨ ਨੰਬਰ ਏ ਸੱਜਰ ਠੀਕ ਹੈ ਤੋਪੜ ਸ਼ਬਦ ਦਾ ਉਲਟ ਪਾਵੀ ਜਿਹੜਾ ਸ਼ਬਦ ਹੈ ਉਹ ਹੋਵੇਗਾ ਸੱਜਰ। 20 ਨੰਬਰ ਕੁਸ਼ਚਨ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਉਲਟ ਪਾਵੀ ਜੋੜਾ ਗਲਤ ਹੈ ਵਰ ਦਾ ਸ਼ਰਾਬ ਧਨੀ ਦਾ ਕੰਗਾਲ ਪ੍ਰਤੱਖ ਦਾ ਪ੍ਰਗਟ ਜਾਂ ਹਰਾ ਦਾ ਸੁੱਕਾ। ਹਾਂਜੀ ਇਹਨਾਂ ਵਿੱਚੋਂ ਜਿਹੜਾ ਗਲਤ ਆਪਣੇ ਕੋਲ ਜੋੜਾ ਦਿੱਤਾ ਹੋਇਆ ਇੱਕ ਵਾਰ ਤੁਸੀਂ ਫਿਰ ਰੀਡ ਕਰ ਲਵੋ। ਹਾਂਜੀ ਗਲਤ ਜਿਹੜਾ ਜੋੜਾ ਦਿੱਤਾ ਹੋਇਆ ਉਹ ਦਿੱਤਾ ਹੋਇਆ ਆਪਸ਼ਨ ਨੰਬਰ ਸੀ ਪ੍ਰਤੱਖ ਦਾ ਆਪ੍ਰਤੱਖ ਹੁੰਦਾ ਨਾ ਕਿ ਪ੍ਰਗਟਤਾ। ਇੱਥੇ ਆਪਾਂ ਸੀ ਆਪਾਂ ਸਹੀ ਆਂਸਰ ਟਿਕ ਕਰਾਂਗੇ। ਵਰ ਦਾ ਸ਼ਰਾਪ ਸਹੀ ਹੈ ਧਨੀ ਦਾ ਕੰਗਾਲ ਵੀ ਸਹੀ ਹੈ ਤੇ ਹਰਾ ਦਾ ਸੁੱਕਾ ਵੀ ਸਹੀ ਹੈ ਵਰ ਦਾ ਕੰਨਾ ਵੀ ਹੁੰਦਾ ਵਰ ਦਾ ਸ਼ਰਾਪ ਵੀ ਹੁੰਦਾ ਤਾਂ ਇੱਥੇ ਆਪਾਂ ਸੀ ਕਰੈਕਟ ਆਂਸਰ ਟਿਕ ਕਰਾਂਗੇ ਆਪਸ਼ਨ ਨੰਬਰ ਸੀ। ਨੈਕਸਟ ਪ੍ਰਤੱਖ ਦਾ ਜਿਹੜਾ ਉਲਟ ਹੈ ਉਹ ਹੁੰਦਾ ਗੁੱਜਾਂ ਜਾਂ ਲੁਕਵਾਂ ਠੀਕ ਹੈ ਗੁੱਜਾਂ ਜਾਂ ਲੁਕਵਾਂ।
ਉਪਤਾ ਉਲਟ ਹੁੰਦਾ ਪ੍ਰਗਟ। ਕਿਹੜੇ ਵਿਸਰਾਮ ਚਿੰਨ੍ਹ ਦੀ ਵਰਤੋਂ ਕਿਸੇ ਗੱਲ ਨੂੰ ਹੋਰ ਸਪਸ਼ਟ ਕਰਨ ਲਈ ਵਾਧੂ ਗੱਲ ਕਹੀ ਜਾਵੇ ਤਾਂ ਵਰਤਿਆ ਜਾਂਦਾ ਹੈ? ਠੀਕ ਹੈ, ਕਿਹੜਾ ਵਿਸਰਾਮ ਚਿੰਨ੍ਹ? ਤੇ ਦੁਬਾਰਾ ਮੈਂ ਕੁਐਸਚਨ ਰੀਡ ਕਰਦਾ, ਕਿਹੜਾ ਵਿਸਰਾਮ ਚਿੰਨ੍ਹ ਕਿਸੇ ਗੱਲ ਨੂੰ ਹੋਰ ਸਪਸ਼ਟ ਕਰਨ ਲਈ ਵਾਧੂ ਕਹੀ ਗੱਲ ਕਹੀ ਜਾਵੇ ਤਾਂ ਉਦੋਂ ਵਰਤਿਆ ਜਾਂਦਾ ਹੈ? ਤਾਂ ਇੱਥੇ ਆਪਣਾ ਜਿਹੜਾ ਸਹੀ ਆਂਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਏ, ਡੈਸ਼। ਠੀਕ ਹੈ, ਜਿਹੜਾ ਡੈਸ਼ ਵਿਸਰਾਮ ਚਿੰਨ੍ਹ ਹੈ ਇਹਦੀ ਵਰਤੋਂ ਕਿਸੇ ਗੱਲ ਨੂੰ ਹੋਰ ਸਪਸ਼ਟ ਕਰਨ ਲਈ ਵਾਧੂ ਗੱਲ ਕਹੀ ਜਾਵੇ ਤਾਂ ਉਦੋਂ ਇਸ ਨੂੰ ਵਰਤਿਆ ਜਾਂਦਾ ਹੈ, ਡੈਸ਼ ਵਿਸਰਾਮ ਚਿੰਨ੍ਹ। 22 ਨੰਬਰ ਕੁਐਸਚਨ ਹੈਗਾ, ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਸ਼ਬਦ ਆਸ਼ੁੱਧ ਹੈ? ਠੀਕ ਹੈ, ਆਪਸ਼ਨਾਂ ਨੂੰ ਇੱਥੇ ਧਿਆਨ ਦੇ ਨਾਲ ਰੀਡ ਕਰ ਲਵੋ। ਹਾਂਜੀ, ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਏ। ਠੀਕ ਹੈ, ਇੱਥੇ ਤੁਸੀਂ ਉਹ ਦੇਖ ਸਕਦੇ ਹੋ ਇਹਦਾ ਆ ਜਿਹੜਾ ਸ਼ੁੱਧ ਸ਼ਬਦ ਹੈ ਬੋਟੀ ਦਾ ਤੁਸੀਂ ਦੇਖ ਸਕਦੇ ਹੋ, ਬੱਬਾ ਹਾਹੇ ਨੌਕੜ ਟੈਂਕੇ ਨੂੰ ਜਿਹੜਾ ਬਿਆਰੀ ਆਵੇਗਾ। ਬਾਕੀ ਜਿਹੜੇ ਸਾਰੇ ਸ਼ਬਦ ਨੇ ਉਹ ਸ਼ੁੱਧ ਨੇ, ਫਸਟ ਏ ਵਾਲਾ ਜਿਹੜਾ ਆ ਸ਼ੁੱਧ ਹੈ ਤਾਂ ਬਾਕੀ ਸਾਰੇ ਸ਼ੁੱਧ ਸ਼ਬਦ ਹੈਗੇ ਨੇ। 23 ਨੰਬਰ ਕੁਐਸਚਨ ਦੇਖ ਲੈਂਦੇ ਹਾਂ, ਰਫੂ ਚੱਕਰ ਹੋ ਜਾਣਾ ਮੁਹਾਵਰੇ ਦਾ ਸਹੀ ਅਰਥ ਕੀ ਹੈ? ਦੌੜ ਜਾਣਾ, ਗੱਪ ਮਾਰਨਾ, ਹੈਰਾਨ ਰਹਿ ਜਾਣਾ ਜਾਂ ਹਾਰ ਹੋਣੀ। ਹਾਂਜੀ, ਰਫੂ ਚੱਕਰ ਮੁਹਾਵਰੇ ਦਾ ਜਿਹੜਾ ਸਹੀ ਅਰਥ ਹੈ ਉਹ ਹੈਗਾ ਦੌੜ ਜਾਣਾ। ਇਹ ਇੱਥੇ ਆਪਾਂ ਸਹੀ ਆਂਸਰ ਟਿਕ ਕਰਾਂਗੇ ਆਪਸ਼ਨ ਨੰਬਰ ਏ, ਦੌੜ ਜਾਣਾ। 24 ਨੰਬਰ ਕੁਐਸਚਨ, ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਸ਼ਬਦ ਸ਼ੁੱਧ ਹੈਗਾ? ਠੀਕ ਹੈ, ਇੱਥੇ ਧਿਆਨ ਦੇ ਨਾਲ ਦੇਖੋ, ਇੱਕ ਸ਼ਬਦ ਸ਼ੁੱਧ ਹੈ, ਬਾਕੀ ਸਾਰੇ ਹੀ ਜਿਹੜੇ ਸ਼ਬਦ ਨੇ ਆਸ਼ੁੱਧ ਹੈਗੇ ਨੇ। ਹਾਂਜੀ, ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਡੀ। ਠੀਕ ਹੈ, ਡੀ ਵਾਲਾ ਜਿਹੜਾ ਨੌ ਸ਼ਬਦ ਹੈ ਇਹ ਸਹੀ ਹੈ, ਬਾਕੀ ਸਾਰੇ ਹੀ ਆਸ਼ੁੱਧ ਨੇ, ਤਾਂ ਇੱਥੇ ਡੀ ਆਪਾਂ ਸਹੀ ਆਂਸਰ ਟਿਕ ਕਰਾਂਗੇ। ਵੀਡੀਓ ਦਾ ਲਾਸਟ ਕੁਐਸਚਨ ਹੈਗਾ, ਕਿਸੇ ਨੂੰ ਲਾ ਕੇ ਕਹੀ ਗੱਲ, ਠੀਕ ਹੈ, ਉਦੋਂ ਕਿਹੜਾ ਇੱਕ ਸ਼ਬਦ ਵਰਤਿਆ ਜਾਂਦਾ ਹੈ? ਅਗਰਗਾਮੀ, ਟਕੋਰ, ਗਲੋਚੜੀ ਜਾਂ ਸਰੋਤੀ। ਕਿਸੇ ਨੂੰ ਲਾ ਕੇ ਕਹੀ ਗੱਲ, ਇਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਟਕੋਰ। ਬੀ ਇੱਥੇ ਆਪਾਂ ਸਹੀ ਆਂਸਰ ਟਿਕ ਕਰਾਂਗੇ ਆਪਸ਼ਨ ਨੰਬਰ ਬੀ, ਟਕੋਰ। ਠੀਕ ਹੈ, ਟਕੋਰ ਜਾਂ ਮਿਹਨਾ ਵੀ ਆਖਿਆ ਜਾਂਦਾ। ਠੀਕ ਹੈ, ਕਿਸੇ ਨੂੰ ਲਾ ਕੇ ਕਹੀ ਗੱਲ ਤਾਂ ਉਸਨੂੰ ਮਿਹਨਾ ਜਾਂ ਟਕੋਰ ਆਖਿਆ ਜਾਂਦਾ ਹੈ। ਤਾਂ ਇਹ ਸੀਗੇ ਆਪਣੇ 25 MCQs। ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਦੱਸਿਆ ਕਰੋ, ਐਂਡ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਜ਼ਰੂਰ ਕਰਨਾ ਹੈ ਜਿੰਨੇ ਵੀ ਤੁਹਾਡੇ ਕੋਲ ਵਟਸਐਪ ਗਰੁੱਪ ਨੇ, ਠੀਕ ਹੈ, ਕੋਈ ਵੀ ਟੈਲੀਗ੍ਰਾਮ ਗਰੁੱਪ ਹੈ, ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੁਸੀਂ ਜ਼ਰੂਰ ਕਰਨਾ। ਬਾਕੀ ਟੈਸਟਾਂ ਨੂੰ ਭੁੱਲ ਕੇ ਨਾ ਛੱਡਿਓ, 10 ਤੁਹਾਨੂੰ ਟੈਸਟ ਮਿਲਣਗੇ, ਹਰੇਕ ਟੈਸਟ ਵਿੱਚ 100 MCQs ਹੋਣਗੇ, ਸਾਰਾ ਸਿਲੇਬਸ ਕਵਰ ਕੀਤਾ ਤੁਹਾਨੂੰ ਮਿਲੇਗਾ। ਐਂਡ ਮੈਂ ਗਰੰਟੀ ਦੇ ਸਕਦਾ, ਜੇਕਰ ਤੁਸੀਂ ਇਹ ਟੈਸਟ ਲਗਾ ਕੇ ਪੇਪਰ ਵਿੱਚ ਬੈਠਦੇ ਹੋ ਤਾਂ ਤੁਹਾਡਾ ਆਸਾਨੀ ਨਾਲ ਜਿਹੜਾ ਪੇਪਰ ਹੈ ਉਹ ਕੁਆਲੀਫਾਈ ਹੋ ਜਾਵੇਗਾ। ਸੋ ਟੈਸਟਾਂ ਨੂੰ ਤੁਸੀਂ ਭੁੱਲ ਕੇ ਵੀ ਨਾ ਛੱਡਿਓ। ਬਾਕੀ ਤੁਸੀਂ ਮੈਂ ਇੰਸਟਾ 'ਤੇ ਫੋਲੋ ਕਰ ਸਕਦੇ ਹੋ, ਠੀਕ ਹੈ, ਇੰਸਟਾ ਦੀ ਆਈਡੀ ਤੁਹਾਨੂੰ ਉੱਪਰ ਦਿਖਾਈ ਦੇ ਰਹੀ ਹੋਵੇਗੀ, ਤਾਂ ਇੰਸਟਾ 'ਤੇ ਵੀ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ, ਉੱਥੇ GK ਦੇ ਰਿਗਾਰਡਿੰਗ ਕਾਫੀ ਅਪਡੇਟਸ ਜਿਹੜੀਆਂ ਨੇ ਪ੍ਰੋਵਾਈਡ ਤੁਹਾਨੂੰ ਕਰਵਾਈਆਂ ਜਾਂਦੀਆਂ। ਤਾਂ ਇਸ ਦੇ ਨਾਲ ਹੀ ਆਪਾਂ ਵੀਡੀਓ ਨੂੰ ਸਮਾਪਤ ਕਰਦੇ ਹਾਂ, ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਥੈਂਕ ਯੂ।